ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਪੰਜਾਬ ਭਰ 'ਚ ਗੇਟ ਰੈਲੀਆਂ ਕੀਤੀਆਂ ਗਈਆਂ, ਜਿੱਥੇ 18 ਡੀਪੂਆਂ ਦੇ ਬਾਹਰ ਇਹ ਰੈਲੀ ਕੀਤੀ ਗਈ। ਇਸ ਦੌਰਾਨ ਠੇਕਾ ਸੰਘਰਸ਼ ਮੋਰਚਾ ਵੱਲੋਂ ਵੀ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੂੰ ਸਮਰਥਨ ਦਿੱਤਾ ਗਿਆ। ਪੰਜਾਬ ਰੋਡਵੇਜ਼ ਲੁਧਿਆਣਾ ਡੀਪੂ ਯੂਨੀਅਨ ਦੇ ਜਨਰਲ ਸਕੱਤਰ ਭਗਤ ਸਿੰਘ ਭਗਤਾ ਨੇ ਕਿਹਾ ਕਿ 2 ਅਗਸਤ ਨੂੰ ਪੰਜਾਬ ਦੇ ਮੁੱਖ ਡੀਪੂ ਜਿਵੇਂ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਦੇ ਵਿੱਚ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ 14, 15 ਅਤੇ 16 ਅਗਸਤ ਨੂੰ ਪੰਜਾਬ ਵਿੱਚ ਜਿੱਥੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਿਰੰਗਾ ਲਹਿਰਾਉਣਗੇ, ਉਹ ਉਹਨਾਂ ਦਾ ਉੱਥੇ ਘਿਰਾਓ ਕਰਨਗੇ। ਅੱਜ ਪੰਜਾਬ ਰੋਡਵੇਜ਼ ਪਨ ਬੱਸ ਕੰਟਰੈਕਟ ਵਰਕ ਯੂਨੀਅਨ ਦੇ ਸੱਦੇ 'ਤੇ ਪੰਜਾਬ ਦੇ 18 ਡੀਪੂਆਂ ਦੇ ਵਿੱਚ ਜੋ ਭਰਮੀਆਂ ਗੇਟ ਰੈਲੀਆਂ ਕੀਤੀਆਂ ਗਈਆਂ ਨੇ, ਉਹ ਗੇਟ ਰੈਲੀਆਂ ਕਰਨ ਦਾ ਕਾਰਨ ਆਉਣ ਵਾਲੀ 2 ਅਗਸਤ ਨੂੰ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਦੇ 3 ਮੇਨ ਬੱਸ ਸਟੈਂਡ ਬੰਦ ਕਰਕੇ ਪੰਜਾਬ ਸਰਕਾਰ ਦੇ ਅਤੇ ਪੰਜਾਬ ਰੋਡਵੇਜ਼ ਦੀ ਭ੍ਰਿਸ਼ਟ ਮੈਨੇਜਮੈਂਟ ਦੇ ਪੁਤਲੇ ਫੂਕੇ ਜਾਣਗੇ। ਔਰ ਆਉਣ ਵਾਲੀ 14, 15, 16 ਅਗਸਤ ਨੂੰ ਪਨ ਬੱਸ ਦੀ ਮੁਕੰਮਲ ਹੜਤਾਲ ਕੀਤੀ ਜਾਊਗੀ। ਪੰਜਾਬ ਰੋਡਵੇਜ਼ ਅਤੇ ਪਨ ਬੱਸ ਦੀ 1600 ਜੋ ਬੱਸ ਆ ਉਹ ਮੁਕੰਮਲ ਹੜਤਾਲ 'ਤੇ ਰਹੂਗੀ, ਚੱਕਾ ਜਾਮ ਰਹੂਗਾ। ਇਹਦਾ ਕਰਨ ਦਾ ਕਾਰਨ ਇਹ ਹੈ ਵੀ 15 ਅਗਸਤ ਸਾਡੀ ਆਜ਼ਾਦੀ ਦੀ ਪ੍ਰਤੀਕ ਆ, ਵੀ ਅਸੀਂ ਆਜ਼ਾਦ ਹੋ ਗਏ, ਪਰ ਪੰਜਾਬ ਦਾ ਸਮੁੱਚਾ ਕੰਮ ਆ, ਚਾਹੇ ਉਹ ਪਨ ਬੱਸ ਦੇ ਵਿੱਚ ਹੋਵੇ, ਚਾਹੇ ਹੋਰ ਵਿਭਾਗਾਂ ਦੇ ਵਿੱਚ ਹੋਵੇ, ਅਸੀਂ ਹਜੇ ਤਾਂ ਗੁਲਾਮ ਦੇ ਗੁਲਾਮ ਹੀ ਆ। ਸਾਨੂੰ ਆਜ਼ਾਦੀ ਨਹੀਂ ਮਿਲੀ, ਸਾਡੀ ਜੋ ਗੁਲਾਮੀ ਆ ਉਹ ਕਿਤੇ ਠੇਕੇਦਾਰ ਤੋਂ, ਕਿਤੇ ਸੁਸਾਇਟੀਆਂ ਤੋਂ ਅਤੇ ਕਿਤੇ ਕੰਟਰੈਕਟ 'ਤੇ, ਜੋ ਸਾਨੂੰ ਗੁਲਾਮ ਕਰਕੇ ਰੱਖਿਆ ਗਿਆ। ਅਸੀਂ ਮੁੱਖ ਮੰਤਰੀ ਪੰਜਾਬ ਤੋਂ 15 ਅਗਸਤ ਨੂੰ ਸਾਰੇ ਪੰਜਾਬ ਦੇ ਇਕੱਠੇ ਹੋ ਕੇ ਮਰਕੱਚੇ ਮੁਲਾਜ਼ਮ ਅਤੇ ਪੰਜਾਬ ਰੋਡਵੇਜ਼ ਪਨ ਬੱਸ ਦੀ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਤੋਂ ਆਪਣੀ ਆਜ਼ਾਦੀ ਦੀ ਜੋ ਆਜ਼ਾਦੀ ਮੰਗਾਂਗੇ, ਜਿੰਨੇ ਮੁਲਾਜ਼ਮਾਂ ਦੀ, ਵੀ ਸਾਨੂੰ ਆਜ਼ਾਦੀ ਦਿੱਤੀ ਜਾਵੇ। ਜਿੱਥੇ ਵੀ ਪੰਜਾਬ ਦੇ ਮੁੱਖ ਮੰਤਰੀ ਝੰਡਾ ਲਹਿਰਾਉਣਗੇ, ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਲਹਿਰਾਉਣਗੇ ਝੰਡਾ, ਪੰਜਾਬ ਦਾ ਸਮੁੱਚਾ ਕੱਚਾ ਕੰਮ ਆ, ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਅਤੇ ਪੰਜਾਬ ਰੋਡਵੇਜ਼ ਪਨ ਬੱਸ ਕੰਟਰੈਕਟ ਵਰਕ ਯੂਨੀਅਨ ਹੜਤਾਲ ਕਰਕੇ ਉਸ ਝੰਡੇ ਚੜ੍ਹਾਉਣ 'ਤੇ ਉੱਥੇ ਵਿਰੋਧ ਕਰੂਗੀ ਅਤੇ ਰੋਸ ਰੈਲੀ ਕਰੂਗੀ, ਅਤੇ ਵੱਡੇ ਪੱਧਰ 'ਤੇ ਕਾਲੇ ਚੋਲੇ ਪਾ ਕੇ ਉੱਥੇ ਤਕਰੀਬਨ 25 ਤੋਂ 30 ਹਜ਼ਾਰ ਦਾ ਇਕੱਠ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਸਵਾਲ ਜਵਾਬ ਕੀਤੇ ਜਾਣਗੇ। ਅਤੇ ਸਾਡੀ ਆਜ਼ਾਦੀ ਆ ਜੋ ਕੱਚੇ ਮੁਲਾਜ਼ਮਾਂ ਦੀ, ਉਹਨਾਂ ਤੋਂ ਮੁੱਖ ਮੰਤਰੀ ਪੰਜਾਬ ਤੋਂ ਮੰਗੀ ਜਾ। 2 ਅਗਸਤ ਨੂੰ ਪੰਜਾਬ ਦੇ ਮੁੱਖ ਜਿਹੜੇ ਬੱਸ ਸਟੈਂਡ ਨੇ, ਜਿਹਨਾਂ ਨੂੰ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਆ, ਸ੍ਰੀ ਅੰਮ੍ਰਿਤਸਰ ਸਾਹਿਬ, ਜਲੰਧਰ ਅਤੇ ਲੁਧਿਆਣਾ, ਇਹ 3 ਬੱਸ ਸਟੈਂਡ 12 ਤੋਂ 1 ਵਜੇ ਤੱਕ ਮੁਕੰਮਲ ਬੰਦ ਕਰਕੇ, ਇਹ 3 ਸ਼ਹਿਰਾਂ ਦਾ ਕੋਈ ਮੇਨ ਟੀ ਪੁਆਇੰਟ ਜਾਂ ਮੇਨ ਚੌਂਕ ਜਾਮ ਕਰਕੇ 1 ਘੰਟੇ ਵਾਸਤੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬੰਦੀ, ਅਤੇ ਪੰਜਾਬ ਦਾ ਜੋ ਘੁਨੇਣਾ ਚਿਹਰਾ ਜੋ ਕਿਤੇ ਸਰਕਾਰ ਕਹਿੰਦੀ ਆ ਵੀ ਅਸੀਂ ਇਹਨਾਂ ਨੂੰ ਪੱਕੇ ਕਰਤਾ ਜਾਂ ਪੱਕੇ ਕਰਨ ਜਾ ਰਹੇ ਹਾਂ, ਉਹ ਅਗਸਤ ਦਾ ਮਹੀਨਾ ਜੋ ਆਜ਼ਾਦੀ ਦਾ ਪ੍ਰਤੀਕ ਆ, ਉਹ ਅਗਸਤ ਦੇ ਮਹੀਨੇ ਦੇ ਵਿੱਚ 2 ਅਗਸਤ ਨੂੰ ਪੂਰੇ ਪੰਜਾਬ ਦੇ ਵਿੱਚ ਆਪਣੀ ਗੱਲ ਰੱਖਾਂਗੇ, ਕਿਵੇਂ ਸਾਨੂੰ ਗੁਲਾਮ ਕਰਕੇ ਇਹ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਰੱਖ ਰਹੀ। ਜਿੱਥੇ ਅਸੀਂ ਪੰਜਾਬ ਰੋਡਵੇਜ਼ ਵੱਲੋਂ ਹੜਤਾਲ ਕਰਨ ਜਾ ਰਹੇ ਹਾਂ, ਉੱਥੇ ਅਸੀਂ ਯਾਤਰੀਆਂ ਤੋਂ ਵੀ ਇਹ ਚੀਜ਼ ਦੀ ਮਾਫੀ ਚਾਹੁੰਦੇ ਹਾਂ, ਕਿਉਂਕਿ ਇਹ ਇਕੱਲਾ ਪੰਜਾਬ ਰੋਡਵੇਜ਼ ਦਾ ਮਹਿਕਮਾ, ਇਕੱਲਾ ਪਨ ਬੱਸ ਦੇ ਮੁਲਾਜ਼ਮਾਂ ਦਾ ਨਹੀਂ। ਜੇਕਰ ਪੰਜਾਬ ਰੋਡਵੇਜ਼ ਬੰਦ ਹੁੰਦੀ ਆ ਤਾਂ ਪੰਜਾਬ ਰੋਡਵੇਜ਼ ਦੇ ਵਿੱਚ ਜਿਹੜੀਆਂ 16 ਕੈਟਾਗਰੀਆਂ ਨੇ ਉਹ ਫ੍ਰੀ ਸਫ਼ਰ ਕਰਦੀਆਂ ਨੇ, ਚਾਹੇ ਉਹ ਸਟੂਡੈਂਟ ਹੋਣ, ਚਾਹੇ ਉਹ ਬਜ਼ੁਰਗ ਹੋਣ, ਚਾਹੇ ਉਹ ਆਜ਼ਾਦੀ ਘੁਲਾਟੀਏ ਹੋਣ, ਚਾਹੇ ਉਹ ਹੋਰ ਜਿੰਨੀਆਂ ਸਹੂਲਤਾਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਨੇ। ਇਸ ਕਰਕੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਜੇ ਪੰਜਾਬ ਰੋਡਵੇਜ਼ ਬੰਦ ਹੁੰਦੀ ਆ, ਇਕੱਲਾ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੂੰ ਘਾਟਾ ਨਹੀਂ ਪੈਣਾ, ਪੰਜਾਬ ਦਾ ਉਹ ਜਿਹੜਾ ਵਰਗ ਆ ਜਿਹੜਾ ਹਮੇਸ਼ਾ ਜੋ ਰੋਜ਼ ਇਹਨਾਂ ਬੱਸਾਂ ਦੇ ਵਿੱਚ ਸਫ਼ਰ ਕਰਦਾ, ਤਕਰੀਬਨ 12 ਤੋਂ 13 ਲੱਖ ਮੁਲਾਜ਼ਮਾਂ ਜੋ ਸਾਡੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਸਫ਼ਰ ਕਰਦਾ, ਅਤੇ ਜੋ ਸਰਕਾਰ ਦੀਆਂ ਸਹੂਲਤਾਂ ਨੇ ਉਹਨਾਂ ਨੂੰ ਪ੍ਰਵਾਨ ਕਰਦਾ, ਸਰਕਾਰ ਦੀਆਂ ਸਹੂਲਤਾਂ ਲੈਂਦਾ, ਵੀ ਉਹ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਰੋਡਵੇਜ਼ ਨੂੰ ਬਚਾਉਣ ਦੇ ਵਿੱਚ ਸਾਡੀ ਸਹਾਇਤਾ ਕਰਨ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਸੀਂ ਸੰਘਰਸ਼ ਕਰ ਰਹੇ ਹਾਂ
ਜੋ ਕੱਚੀ ਭਰਤੀ ਬੰਦ ਕਰਾਉਣ ਦਾ ਜਾਂ ਪੱਕੇ ਮੁਲਾਜ਼ਮ ਨੇ ਜੋ ਕੱਚੇ ਕਰਾਉਣ ਦਾ, ਉਹ ਵੀ ਜਿੱਥੇ ਕਿਸਾਨ ਜਥੇਬੰਦੀਆਂ ਸਾਡੀ ਹਮਾਇਤ ਕਰ ਰਹੀਆਂ ਨੇ, ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਹਮਾਇਤ 'ਚ ਆ ਰਹੀਆਂ ਨੇ, ਮੈਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਪੰਜਾਬ ਰੇਲਵੇ ਨੂੰ ਬਚਾਉਣ ਵਾਸਤੇ ਸਾਡਾ ਸਾਥ ਦੇ। ਅੱਜ ਅਸੀਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬਿੰਦਰ ਹੇਠ ਪਨਬੱਸ ਜੋ ਕੱਚੇ ਕਾਮਿਆਂ ਦਾ ਗੇਟ ਰੈਲੀ ਉਹਦੇ ਵਿੱਚ ਸਮਰਥਨ ਕੀਤਾ, ਕਿਉਂਕਿ ਅਸੀਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੇ ਕੱਲ੍ਹ ਮੀਟਿੰਗ ਕੀਤੀ ਸੀ। ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਵੀ ਮੁੱਖ ਮੰਤਰੀ ਪੰਜਾਬ ਝੰਡਾ ਲਹਿਰਾਊ ਉਹਦਾ ਅਸੀਂ ਵਿਰੋਧ ਕਰਾਂਗੇ ਕਾਲੇ ਚੋਲੇ ਪਾ ਕੇ। ਉਸ ਤੋਂ ਪਹਿਲਾਂ ਜਿਹੜੀ ਸਬ ਕਮੇਟੀ ਬਣੀ ਹੈ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ, ਉਸ ਨੂੰ ਵੀ ਅਸੀਂ ਨੋਟਿਸ ਕੱਢਾਂਗੇ ਜੇਕਰ ਸਾਡੀਆਂ ਮੰਗਾਂ ਦਾ ਹੱਲ ਨਾ ਹੋਇਆ। ਟੋਟਲ ਪੰਜਾਬ ਦੀਆਂ 25 ਜਥੇਬੰਦੀਆਂ ਇਕੱਠੀਆਂ ਹੋ ਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਝੰਡਾ ਲਹਿਰਾਉਣ ਤੋਂ ਪਹਿਲਾਂ ਕਾਲੇ ਚੋਲੇ ਪਾ ਕੇ ਉਹਦਾ ਵਿਰੋਧ ਕਰਾਂਗੇ। ਜਾਗਰਤੀ ਲੈ ਲਈ ਲੁਧਿਆਣਾ ਤੋਂ ਸੁਰਿੰਦਰ ਅਰੋੜਾ, ਸੋਨੀ ਦੀ ਰਿਪੋਰਟ।